पूरी कहानी है क्योंकि गल्लां हो गया सारे वेख ले मिल पे हुण दोबारा फेर लवाउणा कहीं जा भी 6 महीने का कट्ठा ही ला जांगे फिर आना जाना जा बन जूगा किसी उधर मिल मोल प्या करांगे ना ही हुण मगरले सार दे आ जिन्हां ने मैनू पालिया लोकां ने ਉਹ ਨਹੀਂ ਛਾੜਦੇ ਆ ਜਾ ਇੱਥੇ ਬਹਿ ਗਿਆ ਜਾ ਕੇ ਆ ਜਾ ਹੁਣ ਚਾਹੀਓ ਮੁੜਿਆ ਮੈਂ 2 ਮਹੀਨੇ ਪੂਰੇ ਹੋ ਗਏ ਹੁਣ ਰਮਾਂਗੇ 2-4 ਮਹੀਨੇ ਫੇਰ ਲਵਾਵਾਂਗੇ ਕਿਸ ਸਥਾਨ ਤੇ ਗਏ ਪਾਕਿਸਤਾਨ ਹਾਂਜੀ ਕਿਸ ਕਿਸ ਸਥਾਨ ਤੇ ਕਿਹੜੀ ਕਿਹੜੀ ਜਗ੍ਹਾ ਦੇਖੀ ਉਧਰ ਤੁਸੀਂ ਉਧਰ ਜੀ ਫੈਸਲਾਬਾਦ ਵਾਗੇ ਸੀਗੇ ਜਿਹੜਾ ਕਿ ਸ਼ਹਿਰ ਹੋਰ ਆ ਉਧਰ ਵਾਗੇ ਸੀ ਫਿਰ ਲੋਜਨੀ ਵਾਗੇ ਸੀ ਕੋਈ ਪਿੰਡੀ ਗਿਆ ਜੀ ਉਧਰ ਲੋਕਾਂ ਵੱਲੋਂ ਕਿੰਨਾ ਕੁ ਪਿਆਰ ਮਿਲਿਆ ਤੁਹਾਨੂੰ ਬਹੁਤ ਜ਼ਿਆਦਾ ਮਿਲਿਆ ਜੀ ਕਿੰਨਾ ਵੀ ਕਹਿੰਦੇ ਮੈਨੂੰ ਆਇਆ ਜੀ ਮੁਹੰਮਦ ਸਦੀਕ ਹਾਂਜੀ ਵਿਛੜੇ ਸੀ ਇਹ ਹੱਲਾ ਪੈ ਗਿਆ ਇਹ ਮੇਰੀ ਮਾਂ ਨਾਨਕਿਆਂ ਦੀ ਚਲੀ ਗਈ ਲੈ ਕੇ ਉਹ ਉੱਧਰ ਰਹਿ ਗਈ ਸਾਨੂੰ ਵੱਟ ਔਖਾਉਣ ਲੱਗ ਗਈ ਅਸੀਂ ਇੱਥੋਂ ਉੱਠ ਕੇ ਪਾਕਿਸਤਾਨ ਚਲੇ ਗਏ ਇਹ ਉੱਧਰ ਰੱਖ ਲਿਆ ਉਹਨਾਂ ਨੇ ਹੈਂ ਸਰਦਾਰਾਂ ਨੇ ਇਹਨਾਂ ਦੀ ਹਵਾਲਤ ਕੀਤੀ ਆ ਵੀ ਸਾਨੂੰ ਮਾਰ ਦੇਣਗੇ ਨਾ ਜਾਇਓ ਕਿੰਨੇ ਦਿਨ ਦੇ ਵੀਜ਼ੇ ਤੇ ਗਏ ਸੀ ਹੈ ਜੀ ਕਿੰਨੇ ਦਿਨ ਦੇ ਵੀਜ਼ੇ ਤੇ ਗਏ ਕਿੱਦਾਂ ਮਿਲੇ ਜੀ ਤੁਸੀਂ ਉਹਨਾਂ ਨੂੰ ਵੀਜ਼ਾ ਇਹਦਾ ਹਾਂ ਕਿਸ ਤਰ੍ਹਾਂ ਮਿਲੇ ਪਾਪਾ ਜੀ ਨੂੰ ਤੁਸੀਂ ਆਪਣੇ ਪੰਜਾਬੀ ਲਹਿਰ ਵਾਲਿਆਂ ਨੇ ਮਿਲਾਇਆ ਨਾਸਰ ਦੇ ਲਾਉਣੇ ਉਹਨੇ ਸਾਡਾ ਇੰਟਰਵਿਊ ਲਿਆ ਲੈ ਕੇ ਉਹਨੇ ਪੰਜਾਬੀ ਲਹਿਰ ਤੇ ਚਾੜਿਆ ਹੈ ਜੀ ਇੱਥੇ ਫਿਰ ਪਤਾ ਲੱਗ ਗਿਆ ਇਹਨਾਂ ਨੂੰ ਉਹਨੇ ਫਿਰ ਨਾ ਉਹਨਾਂ ਨੇ ਕਿਹਾ ਮੁੰਡਾ ਸਾਡੇ ਕੋਲ ਆ बहुत खुशी हुई है जी यही कहना चाहते हैं भी सरकारां नूं चाहीदा जिहड़े लोग विछड़े हुए उन्हां नूं वीजे देण एक दूजे नूं जाके मिलण तां आपदी खुशी मनाउण आपदे दुख सुख सांझे करन ते असीं तां सरकारां नूं इह कहना चाहुंदे हां जी बाकी लोक भी जिहड़े विछड़े हुए इक दूजे तों पता करके पत्रकारां नाल संपर्क करन ਤਾਂ ਗਾਹਾਂ ਪਤਾ ਲੱਗੇ ਤਾਂ ਫਿਰ ਉਹ ਆਪਦੇ ਰਿਸ਼ਤੇਦਾਰਾਂ ਨੂੰ ਪਰਿਵਾਰਾਂ ਨੂੰ ਮਿਲਣ ਕਿੰਨੀ ਕੁ ਖੁਸ਼ੀ ਦੀ ਲਹਿਰ ਹੈ ਪਿੰਡ ਦੇ ਵਿੱਚ ਖੁਸ਼ੀ ਬਹੁਤ ਆਈ ਸਾਡੇ ਪਿੰਡ ਦੇ ਵਿੱਚ ਪੂਰਾ ਸਾਰਾ ਪਿੰਡ ਇੱਕ ਥਾਂ ਇਕੱਠਾ ਹੋਇਆ ਵਾ ਪਿੰਡ ਦੇ ਵਿੱਚ ਖੂਹ ਆ ਪਿੰਡ ਦੇ ਵਿਚਾਲੇ ਖੂਹ ਦੇ ਉੱਤੇ ਸਾਰੇ ਪਿੰਡ ਦਾ ਇਕੱਠ ਆ ਅਤੇ ਉਹਨਾਂ ਦੇ ਹੁਣ ਫੋਨ ਆਈ ਜਾਂਦੇ ਆ ਬਿੰਦੇ ਵੀ ਕਦੋਂ ਆਉਂਗੇ ਢੋਲਾਂ ਵਾਲੇ ਛੱਦੇ ਪਿਆ ਹੋਰ ਲੱਡੂ ਵਗੈਰਾ ਬਣਾਏ ਵਿਆ ਬਹੁਤ ਜਾਣੀ ਵੱਡੀ ਪੱਧਰ ਤੇ ਪ੍ਰੋਗਰਾਮ ਹੈ ਜੀ ਲੱਗਦਾ ਜੀ ਪਿੰਡ ਦੇ ਵਿੱਚ ਇੱਕ ਵਿਆਹ ਵਾਲਾ ਮਾਹੌਲ ਬਣ ਗਿਆ ਜੀ ਵਿਆਹ ਨਾਲੋਂ ਵੀ ਜ਼ਿਆਦਾ ਜੀ ਵਿਆਹ ਤਾਂ ਇੱਕ ਘਰ ਦਾ ਹੁੰਦਾ ਇਹ ਤਾਂ ਸਾਰੇ ਪਿੰਡ ਦੇ ਹੀ ਵਿਆਹ ਕਿੰਨੀ ਦੇਰ ਤੁਹਾਡੀ ਮੁਸ਼ਕਲ ਲੱਗੀ ਇਹਨਾਂ ਨੂੰ ਮਿਲਾਉਣ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਨੂੰ ਮਿਲਾਉਣ ਦੇ ਵਿੱਚ ਤਾਂ ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਇਹ ਸਾਨੂੰ ਕਹਿੰਦਾ ਹੁੰਦਾ ਜੀ ਵੀ ਮੇਰਾ ਭਰਾ ਮਿਲ ਜੂਗਾ ਉਹ ਉੱਧਰ ਗਿਆ ਪਾਕਿਸਤਾਨ 'ਚ ਜਾ ਵੜਿਆ ਤਾਂ ਇਹ ਸਾਨੂੰ ਕਹਿੰਦਾ ਹੁੰਦਾ ਸੀ ਵੀ ਕਿਵੇਂ ਮਿਲੂ ਅਸੀਂ ਹੁਣ ਕਹਿ ਦਿੰਦੇ ਸੀ ਵੀ ਕੀ ਪਤਾ ਹੁਣ ਕੋਈ ਕਿੱਥੇ ਰਹਿੰਦਾ ਜਾਂ ਨਾ ਰਹਿੰਦਾ ਤਾਂ ਹੌਲੀ 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 ਇਹਨੇ ਆਸ ਨਹੀਂ ਛੱਡੀ ਇਹ ਕਿਹਾ ਕਰਿਆ ਸੀ ਇਹਨੂੰ ਕਹਿੰਦਾ ਕਰਕੇ ਵੀ ਕੀ ਪਤਾ ਉਹ ਹੈ ਜਾਂ ਨਾ ਇਹ ਕਿਹਾ ਕਰੇ ਨਹੀਂ ਯਾਰ ਹੈਗਾ ਮੈਨੂੰ ਲੱਗਦਾ ਵੀ ਉਹ ਹੈਗਾ ਤਾਂ ਚਲੋ ਹੌਲੀ ਹੌਲੀ ਟਾਈਮ ਲੰਘਦਾ ਗਿਆ ਜੀ ਅੱਜ ਤੋਂ 3 ਸਾਲ ਪਹਿਲਾਂ ਉਹਨਾਂ ਨਾਲ ਇਹਨਾਂ ਦੀ ਮੋਬਾਈਲ 'ਤੇ ਗੱਲਬਾਤ ਹੋ ਗਈ ਫਿਰ ਉਦੋਂ ਬਾਅਦ ਆਹ ਆਪਣਾ ਕਰਤਾਰਪੁਰ ਸਾਹਿਬ ਮੁਲਾਕਾਤ ਹੋ ਗਈ ਫਿਰ ਜਦੋਂ ਇਹਨਾਂ ਦੀ ਕਰਤਾਰਪੁਰ ਸਾਹਿਬ ਮੁਲਾਕਾਤ ਹੋ ਗਈ ਫਿਰ ਇਹਨਾਂ ਨੂੰ ਪੂਰੀ ਖਿੱਚ ਹੋ ਗਈ ਇੱਕ ਦੂਜੇ ਨੂੰ ਫਿਰ ਇਹ ਜੀ ਲਾਉਣੋਂ ਹਟ ਗਏ ਇੱਕ ਦੂਜੇ ਤੋਂ ਬਿਨਾ ਫਿਰ ਇਹਨਾਂ ਨੂੰ ਇਹਨਾਂ ਦਾ ਵੀਜ਼ਾ ਲੱਗ ਗਿਆ ਤੇ ਫਿਰ ਇਹ ਹੁਣ ਇੱਧਰ ਆ ਗਏ 2 ਸਾਲ 2 ਮਹੀਨੇ ਹੁਣ ਇਹ ਲੱਗ ਗਿਆ ਆ ਫਿਰ ਹੁਣ ਉਹਨਾਂ ਦਾ ਵੀਜ਼ਾ ਲੱਗ ਗਿਆ ਸਦੀਕ ਖਾਨ ਦਾ ਉਹ ਹੁਣ ਇੱਧਰ ਆਏ ਮੈਂ